आखे मोरे मतलब की, पानी नूए वाटर आंदी जानू आखे की। गल करिए देखा डब आखे मोरे मतलब की, पानी नूए वाटर आंदी जानू आंदी ती। कारण गोटा काठी पाके इंग्लिश उत्ते चढ़ी हुई है, मैनू बड़े वड्डे फनकार दा एक गीत दे रहे ने मैडम नूरजहां दा। बहरहाल मैं कोशिश करांगा क्योंकि मैं तो ज्यादातर अपने ही अजकल बोल रहा हूँ। किथे तेरी सुना है गुस्ताखे किथे जान लड़िया जो हिसाब होना है। थोड़ी तवज्जो जावे दी। हाँ अगे तो बड़ा शरारती जा गाना भी। उजड़ यार गवांडों टुर गए, उजड़ यार गवांडों टुर गए, ते मेरे दाग लगा विच सीने, जिन्ना बाजों पलना जीवा गुजरे साल महीने, हर मल टाया अपने छड़ जांदे दोष पराया ते,
नहीं भुलना वे तेनू नहीं वे नहीं भुलना वे तेनू नहीं वे चेता रख नहीं वे नहीं भुलना वे तेनू नहीं वे नहीं भुलना वे तेनू नहीं वे चेता रख नहीं वे नहीं भुलना वे तेनू नहीं वे नहीं भुलना वे तेनू नहीं वे पहली पहली तेरी मेरी पई है जुदाई वे हिल गया दिल मेरा कंब गई खुदाई वे तेरी मेरी पहली पहली पई है जुदाई वे हिल गया दिल मेरा कंब गई खुदाई वे आए साथों दूर न बहुते दिन रही वे आए साथों दूर न बहुते दिन रही वे चेता रख लई रे नहीं भुलना वे तेनू नहीं वे हाय नहीं भुलना वे तेनू अमानतान यादियां रोल के गवानी ना निशानियां प्यारियां सजन देखे कद टुर चले सजन देखे कद टुर चले ते तुसी अखी ओ सबर करो नी अखियो नी तुसी थोड़ा रो सानू जांदा वेखण देवो चिमटा अग जोगा बेला डोला आप रखे आई ना छड़े आई जग जोगा देख दिला अथरू अमान तन यादियां रो के गवानी निशानियां प्यार चेता रख नहीं वे नहीं भुलना वे तेनू वे हाय नहीं भुलना वे तेनू नहीं वे आना जावे मैं तो खाली खाली रावे मुखड़ा बिखा जा मेरे मुख जल सावे काफ कच्चिया कुलियां रैन बढ़िया काफ कच्चियां कुलियां रहन बनियां ते चुने गज हवा नाल ठहंदियां ने ते जिथे मौत न माणी दा पवे फेरा उथे मेहंदियां लगियां रहंदियां
अफसोस मैनू अखा वेख के तकनो नरिंदियां नी मी वस गए सावन दे मी वस गए ने सावन दे भुल गए ओ बेदर्दा वद तोड़ निभावन दे तकिया न जावे मैथों खाली खाली रावे मुखड़ा बिखा जा मेरे मुख चल सावे हाय मर गई दिन मैनू कुछ कहीं में हाय मर गई दिन मैनू कुछ कहीं में चेता रख लई वे खराब किया छोटा जा लतीफा सुनाना कि असीं क्यों पंजाबी बोल रहे हैं ते क्यों पंजाबी सुन रहे हैं। एक बीबी सी ਉਹ ਅੱਜ ਕੱਲ੍ਹ ਦੇ ਜਿਵੇਂ ਮੁੰਡੇ ਵਿਗੜੇ ਹੋਏ ਨੇ ਨਾ ਕਿ ਆਪਣੀ ਜ਼ਬਾਨ ਨੂੰ ਪਸੰਦ ਨਹੀਂ ਕਰਦੇ ਆਪਣੇ ਲਿਬਾਸ ਨੂੰ ਪਸੰਦ ਨਹੀਂ ਕਰਦੇ ਆਪਣੇ ਕਲਚਰ ਨੂੰ ਪਸੰਦ ਨਹੀਂ ਕਰਦੇ ਗੈਰਾਂ ਦਾ ਕਲਚਰ ਬਣਾ ਕੇ ਸਮਝਦੇ ਨੇ ਅਸੀਂ ਬੜਾ ਵੱਡਾ ਕਿਲ੍ਹਾ ਜਿਹੜਾ ਨਾ ਫਤਿਹ ਕਰ ਲਿਆ ਅਤੇ ਉਹ ਬੀਬੀ ਆਪਣੇ ਬੱਚੇ ਉਹਦੇ ਬੱਚੇ ਨੇ ਕਿਹਾ ਮੈਂ ਪਿਸ਼ਾਬ ਕਰਨਾ ਹੈ ਉਹਨੇ ਕਿਹਾ ਤਾਂ ਬੜੀ ਗੰਦੀ ਜ਼ਬਾਨ ਹੈ ਐ ਨਾ ਤੂੰ ਕਿਆ ਕਰ ਹੁਣ ਕਿ ਅੰਮੀ ਅਗਰ ਮੈਨੂੰ ਪਿਸ਼ਾਬ ਆਵੇ ਤਾਂ ਫਿਰ ਮੈਂ ਕੀ ਆਖਾਂ ਉਹ ਕਹਿਣ ਲੱਗੀ ਕਿ ਜਦੋਂ ਬੇਟਾ ਤੈਨੂੰ ਪਿਸ਼ਾਬ ਹੈ ਤੂੰ ਕਹਿ ਅਗਰ ਬੇਟਾ ਕਿ ਅੰਮੀ ਮੈਨੇ ਗਾਣਾ ਸੁਣਾਉਣਾ ਹੈ ਮੈਨੇ ਗਾਣਾ ਸੁਣਾਉਣਾ ਹੈ ਉਹ ਇਸ ਤਰ੍ਹਾਂ ਹੀ ਉਹ ਬੱਚਾ ਗਿੱਜ ਗਿਆ ਉਹਨੂੰ ਜਦੋਂ ਪਿਸ਼ਾਬ ਆਉਣਾ ਉਹਨੇ ਕਹਿਣਾ ਅੰਮੀ ਮੈਨੇ ਗਾਣਾ ਸੁਣਾਉਣਾ ਉਹਨੇ ਨਿੱਕਰ ਉਤਾਰ ਦੇਣੀ ਉਹਦੀ ਅਤੇ ਉਹਨੇ ਪਿਸ਼ਾਬ ਕਰ ਲੈਣਾ ਉਹਦੀ ਆਦਤ ਪੱਕ ਗਈ ਅਤੇ ਇੱਕ ਦਿਨ ਉਹਦਾ ਮਾਮਾ ਆ ਗਿਆ ਉਹ ਬੱਚੇ ਜਿਹੜੇ ਨੇ ਕੁਦਰਤੀ ਮਾਮਿਆਂ ਨਾਲ ਬੜਾ ਪਿਆਰ ਕਰਦੇ ਨੇ ਅਤੇ ਬਹੁਤ ਜ਼ਿਆਦਾ ਮਨੁੱਸ ਹੋ ਜਾਂਦੇ ਨੇ ਮਾਮਿਆਂ ਨਾਲ ਉਹ ਮਾਮੇ ਦੇ ਨਾਮ ਮਾਮਾ ਚੁੱਕ ਕੇ ਲੈ ਗਏ ਉਹ ਟਾਫੀਆਂ ਸ਼ਾਫੀਆਂ ਲੈ ਕੇ ਦਿੱਤੀਆਂ ਰਾਤ ਨੂੰ ਮੰਮੀ ਨੂੰ ਕਹਿਣ ਲੱਗਾ ਮੈਂ ਤਾਂ ਤੇਰੇ ਨਾਲ ਹੀ ਸੌਂ ਜਾ ਮਾਮੇ ਨੂੰ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਹੀ ਸੌਂ ਜਾਊਂ ਉਹ ਸੌਂ ਗਿਆ ਅੱਧੀ ਕੁ ਰਾਤ ਹੋਈ ਤੇ ਕਹਿੰਦਾ ਅੰਮੀ ਉਹਨੇ ਕਿਹਾ ਚੁੱਪ ਕਰ ਸੁੱਤੀ ਹੀ ਇਸ ਵੇਲੇ ਕਿਉਂ ਉਠਾ ਰਿਹਾ ਉਹਨੂੰ ਮੈਨੂੰ ਦੱਸ ਕੀ ਗੱਲ ਉਹਨੇ ਕਿਹਾ ਮੈਂ ਇਹਨੇ ਗਾਣਾ ਸੁਣਾਉਣਾ ਹੈ ਉਹਨੇ ਆਖਿਆ ਯਾਰ ਗਾਣਾ ਹੀ ਸੁਣਾਉਣੇ ਤੇ ਅੱਧੀ ਰਾਤ ਉਹਨੂੰ ਉਠਾ ਚੁੱਪ ਕਰਕੇ ਮੇਰੇ ਕੰਨ 'ਚ ਸੁਣਾ ਦੇ ਉਹਨੇ ਨਿਕਲ ਉਤਾਰੀ ਉਹਦੇ ਕੰਨ 'ਚ ਮੈਂ ਤੁਹਾਨੂੰ ਸਮਝਾ ਰਿਹਾ ਨਵੀਂ ਨਸਲ ਨੂੰ ਖਾਸ ਕਰਕੇ ਕਿ ਜੇ ਤੁਸੀਂ ਆਪਣੀ ਬੋਲੀ ਉੱਤੇ ਨਾ ਆਏ ਆਪਣੀ ਜ਼ਬਾਨ ਉੱਤੇ ਨਾ ਆਏ ਤਾਂ ਤੁਹਾਡੇ ਕੰਨ ਵਿੱਚ ਵੀ ਗਾਣੇ ਸੁਣਾਏ ਜਾਣੇ ਨੇ ਜਿਹੜੀਆਂ ਕੌਮਾਂ ਆਪਣੀ ਪਹਿਚਾਣ ਭੁੱਲ ਜਾਣ ਕਸਮ ਖੁਦਾ ਦੀ ਹਦੀਸ ਨਬਵੀ ਹੈ ਕਿ ਗੈਰਾਂ ਦੀ ਨਕਲ ਕਰਨ ਵਾਲਾ ਸਾਡੇ ਵਿੱਚੋਂ ਨਹੀਂ ਹੈ ਹਦੀਸ ਨਬਵੀ ਹੈ ਮੇਰੀ ਆਪਣੀ ਗੱਲ ਨਹੀਂ ਕੋਈ ਗੁੱਸਾ ਕਰ ਰਿਹਾ ਹੋਵੇ ਤਾਂ ਮੈਨੂੰ ਮਾਫ਼ ਕਰ ਦਿਆ ਜੇ ਨਬੀ ਦੀ ਗੱਲ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਜਿਹੜੀਆਂ ਕੌਮਾਂ ਗੈਰਾਂ ਦੀ ਨਕਲ ਕਰਨਗੀਆਂ ਤਬਾਹ ਬਰਬਾਦ ਹੋ ਜਾਣਗੀਆਂ ਆਪਣੀ ਤਹਿਜ਼ੀਬ ਆਪਣਾ ਰਹਿਣ ਸਹਿਣ ਆਪਣਾ ਪਾਣਾ ਆਪਣਾ ਲਿਬਾਸ ਆਪਣਾ ਖਾਣਾ ਪੰਜਾਬੀ ਕਿਸੇ ਦੌਰ 'ਚ ਵੀ ਕਿਸੇ ਤੋਂ ਪਿੱਛੇ ਨਹੀਂ ਹੈ ਰਾਜਾ ਪੋਰਸ ਵੀਰ ਜੋਤ ਦੁੱਲਾ ਭੱਟੀ ਮੁਰਾਦ ਖਾਂ ਸਿਆਲ ਅਹਿਮਦ ਖਾਂ ਖਰਲ ਇਹ ਸਾਰੇ ਪੰਜਾਬੀਆਂ ਨੇ ਅਜ਼ੀਜ਼ ਭੱਟੀ ਵਰਗੇ ਤਫੈਲ ਸ਼ਹੀਦ ਵਰਗੇ ਮੁਹੰਮਦ ਹੁਸੈਨ ਸਵਾਲ ਵਰਗੇ ਇੱਕ ਹੋਰ ਵਹਾਵ ਮੈਨੂੰ ਕਿ ਪੰਜਾਬ ਤੋਂ ਇਲਾਵਾ ਵੀ ਕਿਸੇ ਨੇ ਪੈਦਾ ਕੀਤਾ ਹੈ ਫਿਰ ਤੁਸੀਂ ਪੰਜਾਬੀ ਕਿਹੜੇ ਦੂਰ ਇਹ ਪੰਜਾਬ ਨੇ ਦੱਸਿਆ ਕਿ ਯਾਰ ਦੀ ਸ਼ਾਨ ਕੀ ਹੈ ਜਦ ਵੀ ਲਿਖੀਏ ਲਫ਼ਜ਼ ਯਾਰ ਦਾ ਨੁਕਤੇ ਲੱਗਦੇ ਦੋ ਇੱਕ ਨੁਕਤੇ ਦੇ ਨਾਲ ਕਦੀ ਵੀ ਯਾਰ ਨਾ ਪੂਰਾ ਹੋ ਪੂਰੀ ਦੁਨੀਆ ਦੇ ਚੈਲੇਂਜ ਹੈ ਕਿ ਪੰਜਾਬੀ ਦੇ ਮੀਆਂ ਮੁਹੰਮਦ ਬਖਸ਼ ਵਰਗਾ ਸ਼ੇਰ ਦੁਨੀਆਂ ਤੋਂ ਵੱਡਾ ਅੰਗਰੇਜ਼ ਲੈ ਆਵੋ ਉਹ ਨਹੀਂ ਕਹਿ ਸਕਦਾ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਦੀਗਰ ਦੇ ਦਿਨ ਹੋਇਆ ਮੁਹੰਮਦ ਤੇ ਔੜਕ ਨੂੰ ਡੁੱਬ ਜਾਣਾ
सारे दानश्वर इतने बैठे हो, पढ़े लिखे हो, बैंक अफिसर भी हो, सारे ने चैलेंज पूरी दुनिया के इस शेयर वर्गा को शेयर लिया के बताओ ते जद नहीं ते फिर अपनी जबान वास्ते खुदा वास्ते वापस आओ। छड्डो इन्हां गंदियां गल्लां नूं, छड्डो इंडिया नूं, साडा दुश्मन ने कश्मीर ते हमले पे कर लिया, तुसीं उन्हां दी हर जगह तस्वीरां लईआं ने, अपने फनकारां दीआं लाओ, आजाद साहब दीआं लाओ, सिकंदर साहब दीआं लाओ, मलक साहब दीआं लाओ, इन्हां नूं सुनो ते फिर ही साडी गल बणेगी अपने पासे। दावत देंगा साडे बुजुर्ग फनकार, माफ करना बुजुर्ग ही क्या है, बुजुर्ग फनकार जनाब अनायत सेन पट्टी साहब। अजी सजना दे कोलो मुख मोड़ के टुर चली तू लगी अनतोड़ के, टुर चली तू लगी अनतोड़ के। करेंगे बेलनी तनु भूल के पुराने बेलनी, तनु याद करेंगे बेलनी तनु भूल के पुराने बोड़ के। सिकंदर साहब कलाम टाटा साहब जो कुछ थोड़ा पसंद का गाँव है बेशक इन्होंने कह सकते हूँ। फिर मैं दावा देंगा सिकंदर यादव साहब को कि आके आवाम की पसंद अंगूर वेखे उन्हें क्या अंगूर लै दो
और अपने बच्चे नु किवें टालदा है, कहिंदा छड़ पर पुत्तर इत्थे दे अंगूरका दे अंगूर ने, अंगूर ते गुजरां वाले ने। उहने अगे गया, अगे पकौड़े सन, उह पकौड़े वेख के भुल गया, कहिण लगा आपां जी पकौड़े लै लिओ, कहिण लगा छड़ पर पुत्तर पकौड़े ते गुजरां वाले ने। इस तरह जिहड़ी वी चीज़ उहने मंगी, अंब दी फरमाइश कीती, खरबूजियां दी कीती, तरबूजियां दी कीती, उहने कहा छड़ पर पुत्तर नारवा उहदे तों खरबूजे ने, खरबूजे ते गुजरां वाले ने। आ लिया रात वापस घर आ गए, इसलिए राती सुते ते सुबह उठे, ते सुबह उठ के उन्हें गया उहदे बाप ने बेटे नूं कि बेटा उठ, तेरे स्कूल जाने का टाइम हो गया, जा स्कूल जा, आंदा आपा दफा कर, ये भी कुछ स्कूल ने, स्कूल ते गुजरां वाले ने। उन्हें कहा मैं तेरा आपा पे बोलना, उन्हें कहा दफा कर, इतों के भी अबे ने, अबे ते गुजरां वाले ने। जनाब हम सब तो पहला एक गीत लैके आ रहे हैं मलक जुल्फीनाथ साहब, जिन्होंने बड़ा ही चंगा पिंड ते शहर की जिंदगी का फर्क किया है, वो सामने तुहाडे ते तरीफ लैंदे ने। मलक जुल्फीनाथ साहब अपना मैनू याद किया है, बड़ी मेहरबानी, सियाल साहब के नाम दियां एक दफा तारियां। गल सुन मुटियारे, गल सुन मुटियारे, लइए पिंड दे नजारे, साडा पिंड तेरे बड़ाई कमाल, कुड़िए नी छड शहर नु चल मेरे नाल, कुड़िए नी छड शहर नु आ जा मेरे नाल कुड़िए। बीमारी की निशानी गुस्सा टेक रखा है, बीमारी की निशानी नी उते खुली दुली नामी, अंब तोड़े तोड़ खामी, उते खुली दुली नामी, अंब तोड़े तोड़ खामी, साडे बाड़ा विच वजदे ने खाल, कुड़िए नी छड शहर चल मेरे नाल, कुड़िए नी छड शहर नु आ जा मेरे नाल कुड़िए। तिरछा प्लेटा ते गलास कप भुल जा, तिरछा प्लेटा ते गलास कप भुल जा, जिवे तेरा दिल करे रज रज पीखा, जिवे तेरा दिल करे रज रज पीखा, नी फड़ मखन दा ढेला ना कोई पैसा ते ना ढेला, फड़ मखन दा ढेला ना कोई पैसा ते ना ढेला, पर चौलां दे वड्डे वड्डे थाल, कुड़िए नी छड शहर नु चल मेरे नाल, कुड़िए नी छड शहर नु आ जा मेरे नाल कुड़िए। खाद के तू बनी जंगी, पैरवी दरागनी
ਸਾਰੇ ਗਮ ਪਤਾ ਨੀ ਪਤਾ ਨੀ ਦਾਪਾ ਮਾਦਰ ਕੋ ਕਹਾਨੀ ਦਾਪਾ ਮਾਦਰ ਜੰਮਿਆਂ ਦਾ ਜੂਸ ਤੇ ਗੰਦਲਾਂ ਦਾ ਸਾਗ ਨੀ ਖਾ ਕੇ ਤੂੰ ਬਣੀ ਜੰਗੀ ਤਰਵੀਂ ਦਾ ਰਾਗ ਨੀ ਤੂੰ ਤੇ ਖਾ ਖਾ ਪਕੌੜੇ ਆਲੂ ਛੋਲੇ ਕੱਚੇ ਕੌੜੇ ਤੂੰ ਤੇ ਖਾ ਖਾ ਪਕੌੜੇ ਆਲੂ ਛੋਲੇ ਕੱਚੇ ਕੌੜੇ ਵੇਖਾ ਖੇਤ ਦਾ ਕੀਤਾ ਕੀਆ ਹਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਚੱਲ ਮੇਰੇ ਨਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਆ ਜਾ ਮੇਰੇ ਨਾਲ ਕੁੜੀਏ ਛੱਡ ਪਰਾਂ ਖੇੜਾ ਨੀ ਚਾਵਾਂ ਤੇ ਬੋਤਲਾਂ ਦਾ ਛੱਡ ਪਰਾਂ ਖੇੜਾ ਨੀ ਲੱਗ ਪੀਸ ਹੋਟਲਾਂ ਦਾ ਹੁੰਦਾ ਬੜਾ ਪੈੜਾ ਨੀ ਲੱਗ ਪੀਸ ਹੋਟਲਾਂ ਦਾ ਹੁੰਦਾ ਬੜਾ ਪੈੜਾ ਨੀ ਨੀ ਚੰਗਾ ਕੜੇ ਕਾਜ ਲਾ ਕੇ ਵਿੱਚ ਦੇਤੀ ਕਿਉਂ ਪਾ ਕੇ ਚੰਗਾ ਕੜਕਾ ਜਲਾ ਕੇ ਵਿੱਚ ਦੇਸੀ ਕਿਉਂ ਪਾ ਕੇ ਆ ਜਾ ਛੋਲਿਆਂ ਦਿਖਾਈਏ ਰਲ ਦਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਚੱਲ ਮੇਰੇ ਨਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਆ ਜਾ ਮੇਰੇ ਨਾਲ ਕੁੜੀਏ ਨਾਜ ਚਲਾ ਖੂ ਤੇ ਕਰ ਨਾਸ਼ਤਾ ਤਿਆਰ ਨੀ ਨਾਜ ਚਲਾ ਖੂ ਤੇ ਕਰ ਨਾਸ਼ਤਾ ਤਿਆਰ ਨੀ ਪੰਜ ਛੇ ਪਰੌਂਠੇ ਨਾਲ ਅੰਬ ਦਾ ਅਚਾਰ ਨੀ ਪੰਜ ਛੇ ਪਰੌਂਠੇ ਨਾਲ ਅੰਬ ਦਾ ਅਚਾਰ ਨੀ ਕੇਕਾਂ ਦਿਨ ਲੋੜ ਪਰਾਂ ਕੁਰਸੀ ਨੂੰ ਤੋੜ ਕੇਕਾਂ ਦਿਨ ਲੋੜ ਪਰਾਂ ਕੁਰਸੀ ਨੂੰ ਤੋੜ ਬਹਿ ਜਾ ਪੀੜੀ ਤੇ ਹੋ ਕੇ ਮੇਰੇ ਨਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਆ ਜਾ ਮੇਰੇ ਨਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਚੱਲ ਮੇਰੇ ਨਾਲ ਕੁੜੀਏ ਨੀ ਛੱਡ ਸ਼ਹਿਰ ਨੂੰ ਆ ਜਾ ਮੇਰੇ ਨਾਲ ਕੁੜੀਏ ਜਨਾਬ ਬੜੀ ਖੁਸ਼ੀ ਦੇ ਨਾਲ ਮੈਂ ਐਲਾਨ ਕਰਨਾ ਕਿ ਇਸੇ ਤਰ੍ਹਾਂ ਹੀ ਹੈ ਜਿਵੇਂ ਕੀੜੀ ਦੇ ਘਰ ਚੱਲ ਕੇ ਨਰਾਇਣ ਆ ਜਾਵੇ ਸਾਡੇ ਦੋਸਤ ਗੌਰਮੈਂਟ ਕਾਲਜ ਗੁਜਰਾਲੇ ਦੇ ਪ੍ਰੋਫੈਸਰ ਤਸ਼ਰੀਫ ਲੈ ਆਏ ਨੇ ਮੈਂ ਦਾਅਵਤ ਦੇਣਾ ਕੁਛ ਸਟੇਜ ਤੇ ਲੈਣ ਜਨਾਬ ਅਰਸ਼ਦ ਮੁਗਲ ਸਾਹਿਬ ਸੱਜਣੋ ਹਰ ਫੁੱਲ ਦੀ ਆਪਣੀ ਆਪਣੀ ਖੁਸ਼ਬੂ ਹੁੰਦੀ ਹੈ ਸਾਡੇ ਕੋਲ ਮਾਸ਼ਾਅੱਲਾ ਬੜੇ ਅੱਛੇ ਅੱਛੇ ਫਨਕਾਰ ਨੇ ਹੁਣ ਬਿਲਾ ਤਖੀਰ ਮੈਂ ਇਸ ਇਲਾਕੇ ਦੇ ਮੰਨੇ ਪਰਵੰਨੇ ਫਨਕਾਰ ਸ਼ਨਾਵਰ ਅਲੀ ਸਾਹਿਬ ਦਾ ਗਿਰਦਾਸ ਕਰਨਾ ਕਿ ਨਹੀਂ ਭੁੱਲਣਾ ਮੈਂ ਤੈਨੂੰ ਨਹੀਂ ਭੁੱਲਣਾ ਚੇਤਾ ਰੱਖ ਲੈ ਪੇਸ਼ ਕਰ
I'm not afraid.
गुजराले तो आए साढ़े दोस्त एक नगमा लेके आ रहे ने मलका तरन्नम नूर जान दा कि दम दा परोसा यार दम आवे नाल
पेश कर रहे सन जनाब अख्तर साहिब साहब। तो सजनों गल ये कि कुछ बंदे दे खून दे रिश्ते होंदे ने, कुछ मतलब दे रिश्ते होंदे ने, कोई अपने मफाद दे रिश्ते होंदे ने, फिर कुछ लोग ऐसे होंदे ने जिन्हां नाल तुहाडे सारे रिश्ते होंदे ने, वह तुहानू ना मिलन तो बंदे दे साह टुटन लग पैंदे ने। तो मेरा भी कोई ऐसा ही तल्लक है सबूर यूसुफ नाल, उहदे वालद नाल, जिहदी याद विच और वकाल शाम मनाई जा रही है। तो मैं शाम के अगले फनकार फिर बड़ी प्रजोर फरमायश आ रही है शनावर दी। Thank you.
ਬਲੇ ਕੋਜੇ ਅਸੀਂ ਜੱਗ ਚਿਆਏ ਕਿਸੇ ਮਜਬੂਰ ਤੇ ਨਹੀਂ ਸਹੀ ਕੀਤਾ ਯਾਰ ਦਾ ਤੇ ਤੋੜਨ ਦਾ ਇਕਰਾਰ ਤੇ ਨਹੀਂ सब तो पहला मैं अपने दोस्त
जनाब कसदर सियाल साहब को मुबारकबाद पेश करना कि अल्लाह ताला ने उन्होंने एक भतीजा अता फरमाया जिसका नाम है सबूर यूसुफ और ये शाम उन्होंने ना ही है और मैं तो इतफाक नदी जो लंघना आ गया वहाँ बरहाल मैंने नहीं सी पता कि हो रही जो शाम मेरा ये नहीं सी कि शायद इन्होंने 5 बजे का टाइम दिता सी तो मेरा तो प्रोग्राम से सी कि फर्ग हो गए होंगे लेकिन मैं लाइट वेख के इधर आ गया बरहाल दोस्तों ने अच्छी रवायत करी है कि अगो इंशाला मेरा ख्याल है अक्सर दोस्तों होंगे रहने तो ख्याल सब करते ही रहेंगे बरहाल बहुत अच्छी रवायत है और अल्लाह ताला सानू सब खुशियां विखाए और यह जो मौके आते ही रहन मैं आखिर से फिर ख्याल साहब को मुबारकबाद देता वहाँ कि अल्लाह ताला उस बच्चे को जिंदगी दे और हर किस्म दियां कामयाबियां होगा उसके कदम चुमन शुक्रिया जी प्रोफेसर अस्तर मुगल साहब जिहड़े अपने ख्याल अरदास फरमा रहे सन ते हुण बिला तहेज एक पंजाबी गीत जनाब इमरान जवेद साहब बहुत बहुत शुक्रिया माइक बड़ा लम्मा कर गए हो अज मेरा पहला दिन है कि मैं अपने उस्तादा के सामने प्रोफेसर साहब के सामने गा रहा हूँ उस जल्दी हो रही है कि मैं स्टूडेंट रहा वहाँ से मैं उन्होंने इजाजत ना शुरू कराँगा अगर इजाजत देन से बड़ी कुछ की गल है मैं बड़े अच्छे फनकारा ना गा रहा लेकिन मेरा गाने कोई तलक नहीं सिर्फ बजाने तलक है कि मौका मिले तो जाके दिखावे तुम चम चम वसदा किरणा
पहली दुनिया तक छुटना तेरा मेरा था दो दिल साढ़े एक धड़कन से दो पुते एक परछावा बेईमाना दिल में तेरे दिल तेरा प्यार बुलावा शाया मैं मर जावा बेईमाना दिल लेके दम जावा हम जनाब नजारे ख्याल लेता वजांगा जनाब साढ़े सच्चे ते सुच्चे साथी जनाब मोहम्मद अरशद भोला साहब रिस्पेक्टेबल चीफ गेस्ट प्रोफेसर मोहम्मद अरशद मुगल साहब